हाँ जी भी जी सारे भी सत श्रीकाल जी संदीप डे फन तुहाडा बहुत बहुत वेलकम है जी। भी अच्छ अपनी विजिट हैगी आ पिंड जैतों सरजा जिला गुरदासपुर पैंदा जी तहसील बटाला रंधावा डेयरी फार्म पहुँच चुके जी आपां ते बाई सोनू कोल पहुँच चुके जी। तो अज बाईआं कोल कोई 8-10 दे लगभग झोटियां सेल है जी। गावां भी बाईआं कोल जी चंगे रिकॉर्ड वालियां जी सोहणियां सुनेखियां। आओ भाई जी ने गलबात करिए इन्हें प्राइस की आ ते की मिलक रिकॉर्ड आ। उस तो पहले वीर जी रिक्वेस्ट होंगी हर बार तारा कि इतने आके दो टाइम की चॉइस जरूर करो पास करो पूरी तसलियां खरीदो। बार बार भी जी यही बेनती करते होंने तो अगे कि चॉइस करके लैके जाया करो ठीक है जी। तुम पैसे लाने आ तो नाले बड़ी बातों शेयर कर दिया करो चल गांव भी किसी वीर का फायदा हो सके। तो हम आप भाई जी ने गलबात करिए जी। ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸੰਦੀਪ ਵੀਰ ਜੀ, ਸਤਿ ਸ੍ਰੀ ਅਕਾਲ, ਬਹੁਤ ਤੁਹਾਡਾ ਵੈਲਕਮ ਜੀ ਆਇਆਂ ਨੂੰ ਜੀ ਪਿੰਡ ਜੈਤੋਂ ਸਰਜੇ ਆਉਣ ਤੇ ਜੀ ਤੁਹਾਡਾ ਧੰਨਵਾਦ ਬਾਈ ਜੀ। ਬਾਕੀ ਵੀਰ ਜੀ ਵੀਡੀਓ ਲੇਟ ਹੋ ਗਈ ਆ ਮੇਰੇ ਭਰਾ ਸਾਰਿਆਂ ਦੇ ਫੋਨ ਆਉਂਦੇ ਰਹੇ ਕੀ ਗੱਲ ਵੀਡੀਓ ਨਹੀਂ ਪਾਉਂਦਾ। ਹਾਂਜੀ ਥੋੜੇ ਕੰਮ ਕਾਰ ਚ ਵੀ ਲੱਗੇ ਰਹੇ ਮਾਲ ਆਉਂਦਾ ਰਿਹਾ ਵਿਕ ਜਾਂਦਾ ਰਿਹਾ। ਬਿਲਕੁਲ ਬਿਲਕੁਲ ਬਾਈ ਜੀ ਤੁਹਾਨੂੰ ਵੀ ਫੋਨ ਬਹੁਤ ਵਾਰੀ ਲਾਇਆ ਵੀ ਵੀਡੀਓ ਬਣਾਈ ਹੈ ਤੇ ਤੁਸੀਂ ਆਖਿਆ ਵੀ ਹੁਣ ਮੈਂ ਚੱਲ ਗਿਆ। ਹਾਂਜੀ 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 ਇੱਕ ਦਿਨ ਬੜੇ ਦਿਨ ਬੜੇ ਛੋਟੇ ਹੋਏ ਪਏ ਜੀ। ਹਾਂਜੀ ਵਾਸਤਾ ਨਹੀਂ ਹੋਇਆ ਹੁਣ ਵੀ ਮਾਲ ਇਕੱਠਾ ਕੀਤਾ ਸੀ। ਹਾਂਜੀ ਹਾਂਜੀ ਕੱਲ ਵੀ ਪਈਆਂ ਵੇਚੀਆਂ ਛੋਟੀਆਂ ਤੇ ਬਹੁਤ ਚੰਗੀਆਂ ਚੰਗੀਆਂ ਕੋਲ ਹੈਗੀਆਂ ਸਾਫ ਸੁਥਰੀ। ਠੀਕ ਠੀਕ ਹੈ ਜੀ ਠੀਕ ਹੈ ਤੇ ਗਾਵਾਂ ਵੀ ਲਿਆ ਨਹੀਂ ਫਿਰ ਅੱਜ। ਹਾਂ ਗਾਈਆਂ ਦਾ ਕੰਮ ਕਰ ਲਿਆ ਜੀ ਨਾਲ ਮੰਨ ਕੇ ਚਲੋ ਦੀਵਾਲੀ ਤੇ ਵੀ ਵਿਹੜਾ ਚੰਗੀਆਂ ਸੀ ਆਪਣੇ ਕੋਲ। ਅੱਛਾ ਜੀ ਤੇ ਹੁਣ ਵੀ ਵਿਹੜਾ ਦੋ ਤੇ ਬਹੁਤ ਚੰਗੀਆਂ ਢੁੱਕੀਆਂ ਵਾ ਜਾਨੀ 10-10 ਦਿਨ ਲੈਂਦੀਆਂ। ਠੀਕ ਆ ਤੇ ਉਹ ਅਗਲੀ ਵੀਡੀਓ ਚ ਵਿਖਾਵਾਂਗੇ ਤਿਆਰ ਹੋ ਜਾਣਗੀਆਂ ਚੰਗੇ ਚੰਗੇ ਰਿਕਾਰਡ ਵਾਲੇ ਬਹੁਤ ਜ਼ਿਆਦਾ ਚੰਗੀਆਂ ਮੱਛੀਆਂ ਪਹਿਲਾਂ ਦੂਜਾ ਦੂਜਾ। ਠੀਕ 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 ਆ ਮੱਛੀ ਜਿੱਦਾਂ ਦੀ ਆਖੋ ਵਿਹੜ ਪਹਿਲਣ ਦੂਜਣ ਮਿਲ ਜੂ ਮਿਲ ਜੂ ਹੁਣ ਮਿਲ ਜਾਣੀ ਪਹਿਲਾਂ ਘੱਟ ਕਰਦੇ ਸਨ ਭਾਜੀ। ਨਹੀਂ ਫਿਰ ਸਿਆਲ ਜਾਂ 2-3 ਮਹੀਨੇ ਹੁਣ ਫਰੀ ਕਰੀ ਜਾਂ ਕਰੀ। ਹਾਂਜੀ ਹਾਂਜੀ ਉਹ ਆਪਣੇ ਕੋ ਡੇਰੀ ਡੂਰੀਆਂ ਵਾਲੇ ਬੰਦੇ ਜਿਹੜੇ ਆ ਨਾ ਫਿਰ ਗਾਂ ਨਾਲ ਮੰਗਦੇ ਆ। ਠੀਕ ਹੈ ਜੀ ਤੇ ਜੇ ਗਾਂ ਨਾਲ ਲਈਏ ਤਾਂ ਫਿਰ ਅਗਲੇ ਆਖ ਦਿੰਦੇ ਸੀ ਕਿੱਥੋਂ ਲਈਏ ਕਿੱਥੋਂ ਲਈਏ ਸਹੀ ਫਿਰ ਮਈਆਂ ਵੀ ਚੱਲ ਜਾਂਦੀਆਂ ਨਾਲ ਕੁਝ ਗਾਵਾਂ ਚੱਲ ਜਾਂਦੀਆਂ ਰਲ ਮਿਲ ਕੇ ਮਾਲ ਚੱਲ ਚਲੋ ਮਾਲਕ ਦੀ ਕਿਰਪਾ ਨਾਲ ਜਾਂਦਾ ਜੀ। ਠੀਕ ਹੈ ਜੀ ਬਾਕੀ ਝੋਟੀਆਂ ਸਾਫ ਸੁਥਰੀਆਂ ਵੀਰ ਜੀ ਜੇ ਠੀਕ ਹੈ ਜੀ ਵੇਖ ਲਓ ਬੱਚੇ ਲਾ ਕੇ ਤੁਹਾਨੂੰ ਵਿਖਾਈ ਦੇਵਾਂਗੇ ਨਾਲ ਦੀ ਨਾਲ ਹੀ। ਠੀਕ ਠੀਕ ਹੈ ਪਹਿਲਾਂ ਲਾ ਦਈਏ ਫਿਰ ਵੀਰ ਜੀ ਮੇਰੇ ਵੀਰ ਕਿਸੇ ਵੇਲੇ ਕਮੈਂਟ ਕਰ ਦਿੰਦੇ ਆ ਵੀ ਇਹਨਾਂ ਨੇ ਆਣਾ ਚੋਈਆਂ ਨਹੀਂ। ਹਾਂਜੀ ਹਾਂਜੀ ਹੁਣ ਵੇਖ ਲਓ ਕੋਈ ਮਹੀ ਥਣਾ ਦੇ ਵਿੱਚ ਨਹੀਂ ਆਈ। ਠੀਕ ਹੈ ਜੀ ਪਰ ਹਾਂ ਇਹ ਗੱਲ ਆ ਵੀ ਜਿਹੜੀ ਨੂੰ ਬੱਚਾ ਛੱਡਾਂਗੇ ਉਹ ਤੁਹਾਡੇ ਹੁੰਦੇ ਆਪਾਂ ਸਮਝਾਂਗੇ। ਚਲੋ ਇਹਦੇ ਪਰ ਸੁਤਰਾ ਕੰਮ ਕਰਨਾ ਆ ਗੱਲ ਜੀ ਜਿਹੜੀ ਤੁਹਾਨੂੰ ਚੰਗੀ ਲੱਗਦੀ ਇਹ ਵੀਰ ਜੀ ਪਹਿਲਾ ਸੁਬਾ ਮੇਰੇ ਚਾਰ ਦੰਦ ਆ ਚਾਰ ਦੰਦ ਹੈ ਜੀ। ਹਾਂ ਜੀ ਠੀਕ ਹੈ ਜੀ ਤੇ ਬਾਜੀ ਦੁੱਧ ਇਸ ਟਾਈਮ ਤਿਆਰ ਆ। ਹਾਂਜੀ ਮੈਂ ਤਾਂ ਨਾ ਹੀ ਦੱਸੀਏ ਕਿਉਂ ਗੱਲ ਆਪਣੀ ਵੀਰ ਮੇਰਾ ਭਰਾ ਆਣ ਕੇ ਤਸੱਲੀ ਇੱਥੇ ਕਰ ਲਈਏ। ਨਹੀਂ ਦਾ ਦੁੱਧ ਫਿਰ ਦੱਸੀਏ ਦੁੱਧ ਭਾਜੀ ਹੁਣ ਇਹਦੇ ਕੋਲ ਝੋਟੀ ਕੋ 16 ਕਿਲੋ 16 ਕਿਲੋ ਹੈਗਾ। ਬਾ ਠੀਕ ਹੈ ਗੱਲ ਸੁਣੋ 15 ਕਿਲੋ ਕੰਡਾ ਪਿਆ ਕੰਡਾ ਲੈਂਦਾ ਜੀ। ਅੱਛਾ ਕੰਡਾ ਲਿਆਂਦਾ ਦੋ ਟਾਈਮ ਕੰਡੇ ਤੇ ਚਾੜ ਕੇ ਦੁੱਧ ਨੂੰ ਦਿਆ ਕਰਨਾ। ਬਾ ਠੀਕ ਆ ਇਹ ਗੱਲ ਨਹੀਂ ਹੁਣ ਆਪੀ ਦੇ ਦੂਗੀ ਜਾਂ ਉਹ ਨਹੀਂ ਮਈਆਂ ਤਾਜ਼ੀਆਂ ਹੁੰਦੀਆਂ ਮੇਰੇ ਕੋਲ ਮੈਂ ਸਾਈਡ ਤੇ ਲਾ ਦਿੰਦਾ 4 ਦਿਨ ਸਾਂਭ ਕੇ ਮਤਲਬ ਵੇਖ ਕੇ ਪਰਖ ਕੇ ਦੁੱਧ ਤੇ ਲਿਆ ਕੇ ਹੁਣ ਵੇਚ ਦਿੰਦਾ। ਚਲੋ ਠੀਕ ਹੈ ਕੰਡਾ ਲੈਂਦਾ ਵਾ ਇੱਕ ਟਾਈਮ ਮਈ ਜਿਹੜੀ ਹੈ ਖਾਲੀ ਕਰ ਲਓ ਦੋ ਟਾਈਮ ਭਾਈ ਮਈ ਮੇਰੇ ਕੋਲ ਚਵਾ ਕੇ ਕੰਡੇ ਦੇ ਉੱਤੇ ਕੰਡਾ ਤੁਹਾਨੂੰ ਖਾਲਤਾ। ਬਾ ਠੀਕ ਹੈ ਦੇਖੋ ਜੀ ਕੰਡਾ ਵੀ ਲਿਆਂਦਾ ਹੁੰਦਾ ਜੀ ਹੁਣ ਆ ਦੇਖੋ ਜੀ ਪਰ ਝੋਟੀਆਂ ਚੀਜ਼ਾਂ ਆ ਰਹੀਆਂ ਨੇ ਦੇਖੋ ਆ ਦੇ ਬੱਚਾ ਮਗਰ ਬਾਈ ਜੀ ਦੇ ਫਿਰ ਆਏ ਤੇ ਮਗਰ ਬਾਈ ਜੀ ਉਹ ਬਿਲਕੁਲ ਉਹ ਕੱਟੀ ਕੱਟਾ ਮੈਂ ਵੇਖ ਕੇ ਲਾ ਬਾ ਠੀਕ ਆ ਦੇਖ ਜੀ ਸੋਹਣੀ ਝੋਟੀ ਹੈ ਜੀ ਆ ਦੇਖੋ ਤੇ ਬਾਕੀ ਚਲੋ ਬੱਚਾ ਲਾ ਕੇ ਵਿਖਾਣਾ ਤੁਹਾਨੂੰ ਤੇ ਆ ਦੇ ਦੇਖੋ ਥਾਲੇ ਦਾ ਥਾਣ ਤੇ ਜੀ ਜੀ ਤੇ ਜੋ ਬੱਚਾ ਲਾ ਰਿਹਾ ਨਾ ਹਾਂਜੀ ਫਿਰ ਤੁਸੀਂ ਵਾਕਿਆ ਕਹਿੰਗੇ ਕੱਟੀ ਆ ਕੋਈ ਠੀਕ ਹੈ ਬਾਈ ਹਾਂ ਇਹਦੇ ਕੱਟੀ ਕੱਟੀ ਮਗਰ ਆ ਗਈ ਦੇਖੋ ਡਬਲ ਫਾਇਦਾ ਪਰ ਚੀਜ਼ ਜਾਵੇ ਜੀ ਵੇਖੋ ਹੁਣ ਇੱਕ ਬੱਚਾ ਲਾ ਰਹੀ ਹੈ ਨਾ ਲਾ ਲਓ ਲਾ ਲਓ ਨਾਲੇ ਇਸ ਤੋਂ ਤਾਂ ਟਾਈਮ ਨਹੀਂ ਆ ਦੇਖੋ ਜੀ ਬਾਬਾ ਸ਼ੇਖ ਤੇ ਆ ਗਿਆ ਦੇਖੋ ਜੀ ਆ ਦੇਖੋ ਜੀ 5 ਮਿੰਟ ਹੋਣਾ ਪਤਾ ਕਿ ਅੱਗੇ ਮੈਂ ਨਾ ਪਹਿਲੇ ਬੱਚੇ ਲਾ ਦਿੰਦਾ। ਹਾਂਜੀ ਤੇ ਉਹ ਫਿਰ ਲੋਕ ਵੀਰ ਕਈ ਕਮੈਂਟਾਂ ਦੇ ਵਿੱਚ ਆਉਂਦੇ ਨੇ ਛੱਡੀਆਂ ਜੀਆਂ ਹੁਣ ਸਾਹਮਣੇ ਵੀ ਤੁਹਾਡੇ ਪਸਮਿਆ ਕਰੂੰ ਮੈਂ। ਠੀਕ ਆ ਹਾਂ ਲੇਵਾ ਤਾਂ ਪੱਥਰ ਵਾਲ ਕੇ ਲੇਵੇ ਕੱਟ ਮਾਲ ਸਰਾ ਉਤਰੇ ਜੀ ਮੈਂ ਕੱਲ ਕੱਲੇ ਕੱਲੇ ਘਰ ਦੀ ਸੰਦੀਪ ਸਿੰਘ ਇੱਕ ਹੋਰ ਗੱਲ ਆ ਐਸ ਟੂਟੀ ਦੀ ਵੀਡੀਓ ਅਗਲਿਆਂ ਦੇ ਘਰ ਦੀ ਹਰਿਆਣੇ ਦੀ ਉਹਦੀ ਆ ਦੀ ਮੀਣੀ ਦੀ ਹਰ ਮੇਰੇ ਫੋਨ ਚ ਹੈ ਜੀ। ਮੀਣੀ ਵੀ ਲਿਆ ਨਹੀਂ ਫਿਰ ਹਾਂ ਮੀਣੀ ਕੱਟੀ ਬਹੁਤ ਜ਼ਿਆਦਾ ਚੰਗੀ ਹੈ ਜੀ। ਠੀਕ ਆ ਰਾਜੂ ਤਾਂ ਬੱਚੇ ਗਾੜੀ ਕਰਦੇ ਝੋਟੀ ਡੇਂਗਦੀ ਹੈ ਤਾਂ ਜੀ ਥਾਣਾ ਇਹੋ ਜਿਹੇ ਵਿੱਚ ਬਿਰਲੀਆਂ ਨੂੰ ਲੱਗਦਾ ਨਾ ਵੇਖੋ ਬਿਲਕੁਲ ਜੀ ਆਹ ਦੇਖੋ ਜੀ ਥਾਣਾ ਦੇਖੋ
क्या देख कर लो जी कर लो आ देख देख लो जी एक फिर चेक करो वेखो पहले किस तरह हम है पसमा के थाने वेखो कितना सोहना बना लिया चलो जी ठीक है जी अच्छा ठीक है जी कट्टी दुध 18 किलो 17 किलो हाँ तोर लो मारने तारा मार के लो नहीं बस कोई गल नहीं मार ले तुसी ठीक है जी तोर लो हुण लो जी देखो आ देखो हाँ अपी और आइडिया ला ले दुध किन्ना करना जी बहुत सोहना कीता जी थाना आ देखो देख लो देखो आ देखो ठीक है जी हाँ जी हाँ जी बोलो जी मुल ना दस दिए दस दो मेरे को जिन्ने की तुम चंकी लगती अज उदा ही तुम दे दो कोई गल नहीं पर चीजा वहां बिलकुल जी मुल कर जो मर्जी करी जाइए एक 40 मंगी जाइए एक 30 मंगी जाइए सवा लख दी झूठी सवा लख रुपये बिलकुल चलो मान तरह कर देंगे बाकी जेडे झूठी जी वेखो बिलकुल जायज मुल है जी देखो दुध ना देखो जी 2 लख दी देखो जी क्वालिटी है जी पूरी क्वालिटी है क्वालिटी आज भाजी दो दंद है जी अच्छा जी जेड ब्लैक जी 14 किलो है जी देखो जी ठीक दो दंद झोटी है जी 14 किलो दुध तैयार है वेल वेखो झोटी जी सिंग वेखो जी बस आ देखो जी प्योर एक रंग जेड ब्लैक आ देखो 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 सिंग वेखो बहुत सोहना सिंग है जी आ देख बहुत बिलकुल जी देखो ठीक है जी बच्चा भाई इन्दे मगर फिर जी इन्दे मगर कट्टा जी बिल्कुल जेड ब्लैक है जी इको रंग आ देखो देखो बिल्कुल जी हाँ जी हाँ बिल्कुल लाओ लो बच्चा आ देखो ठीक है जी प्योर हरियाणी उधर फिर भाजी हम घट जाना इन्होंने काम है जी हाँ जी पशु फिर सूआ घट जाता होगा उधर हरियाणे बस घटना चालू हो गया भाजी अच्छा जी हाँ जी कल भी यार दोस्तों ने फोन आए थे कि नहीं कहीं मिलेगा हाँ जी हाँ जी आंधा हूँ आगे साढ़े देना कि ताड़े ਭਾਜੀ ਕਿੰਨਾ ਮਾਲ ਤਰਾ ਜਾਂਦਾ ਹੈ ਜੀ ਮਾਲ ਵੀ ਪਤਾ ਨੀ ਭਾਜੀ ਕਿੱਥੋਂ ਆਈ ਕਿੱਥੋਂ ਆਈ ਜਾਂਦਾ ਬਈ ਇੰਨਾ ਭਾਜੀ ਪਤਾ ਹੀ ਨਹੀਂ ਲੱਗਦਾ ਕਿੱਥੇ ਮਈਆਂ ਜਾਈ ਜਾਂਦਾ ਹਾਂ ਵੇਖ ਲਓ ਜੀ ਲੱਭਦੀ ਨਹੀਂ ਭਾਜੀ ਉਹ ਨਾ ਕੱਟੀਆਂ ਕੁੱਟੀਆਂ ਬਹੁਤ ਸਾਂਭਦੇ ਲੋਕ ਜੀ ਉਹ ਆਏ ਕਿ ਫਿਰ ਨੀਲੀ ਨਹੀਂ ਟੱਕਰੀ ਕੋਈ ਨੀਲੀ ਦੀ ਕੋਈ ਨਹੀਂ ਆਜ ਤੁਸੀਂ ਠੀਕ ਹੈ ਉਹ ਵੀ ਕੱਟੀ ਅੱਛਾ ਬੂਰੀ ਜਾਓ ਨੀਲੀ ਬੂਰੀ ਦੇਖੋ ਜੀ ਥਾਣ ਕੱਲ ਦੀ ਗੱਲਬਾਤ ਚੱਲ ਰਹੀ ਹੈ ਆ ਜਾ ਚੀਜ਼ ਆ ਬਾਜੀ ਵੱਡੀ ਚੀਜ਼ਾਂ ਨਾ ਪੈਸੇ ਨਾਲ ਨਹੀਂ ਮਿਲਦੀਆਂ ਰਹਿੰਦੀਆਂ
चौदह किलो है जी। ठीक है, हाँ कर लो जी कर लो। देखो जी कर देखो जी आ देखो जी आ रहे। ठीक है जी आ जाओ। ठीक है जी बंद। हाँ जी मीनी कट्टी हिलदे दोनों चप्पा चप्पा सिंह देख चार दंद जी देखो पिछले घर दी वीडियो भी मेरे कोल पई है। करे फिर मैं कहीं लाइया भाई दुद्ध फिर मैं चंगी थी पहले दूजा सूद नहीं दूजा पर देखो जी था गुआढ़ियाँ करवा जाओ।
ਤੋੜ ਲੈ ਲਈ ਹੁਣ ਤਾਂ ਇਹ ਵੀਡੀਓ ਵੇਖ ਕੇ ਅੱਜ ਪੂਰੀ ਆਪਣੇ ਨੂੰ ਮੰਨ ਕੇ ਚੱਲੋ ਮਾਲਾ ਪਾਸ ਕਰਾ ਕੇ ਮੈਂ ਉਹਦਾ ਅੰਦਰ ਤੇ ਪੁਰਾਣੀ ਕੇ ਲਟਕਾਣੀ ਪਈ ਹਾਂਜੀ 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 ਬਿਲਕੁਲ ਭਾਜੀ ਬਿਲਕੁਲ ਆ ਦੇਖੋ ਜੀ ਹੁਸ਼ਿਆਰਪੁਰ ਫਿਰਵਾਓ ਬਹੁਤ ਮਿਹਨਤ ਤੋੜਦੇ ਨੇ ਭਾਜੀ ਤੁਸੀਂ ਕਮਾਲ ਕਰੀ ਠੀਕ ਹੈ ਜੀ ਪਰ ਚੀਜ਼ਾਂ ਚੰਗੀਆਂ ਲੈਂਦੇ ਹਾਂਜੀ ਹਾਂ ਡੇਰੀ ਭਾਜੀ ਫਿਰ ਡੇਰੀ ਨੂੰ ਨਹੀਂ ਠੀਕ ਹੈ ਹਾਂਜੀ ਹਾਂਜੀ ਭਾਜੀ ਇਹ ਕੱਟੀ ਵੀਰ ਮੁੱਲ ਕਰਨ ਜੋ ਮਰਜ਼ੀ ਕਰੀ ਜਾਈਏ ਵੇਖ ਲਓ ਚੀਜ਼ ਆ ਪਰ ਮੇਣੀ ਤੁਹਾਨੂੰ ਪਤਾ ਪਿਓਰ ਜ਼ਿਆਦਾ ਲੱਭਦਾ ਪਿਓਰ ਪਿਓਰ ਲੱਗਦੇ ਆ ਹਾਂਜੀ ਹਾਂਜੀ ਇਹ ਵੀ ਝੋਟੀ ਸਵਾ ਲੱਖ ਦੀ ਦੇ ਇਹ ਵੀ ਸਵਾ ਲੱਖ ਦੀ ਸਵਾ ਲੱਖ ਦੀ ਦੇਖੋ ਜੀ ਸਵਾ ਸਵਾ ਲੱਖ ਦੀ 2000 ਮਾਨ ਕਰਤਾ ਬਕਰ ਦੋਗੇ ਇੱਕ ਬਾਈ ਚਲੋ ਠੀਕ ਠੀਕ ਹੈ ਭਾਜੀ ਠੀਕ ਹੈ ਆਈ ਤੂੰ ਕੋ ਹੁਣ ਦੁੱਧ 16 ਕਿਲੋ ਜੇ 15 ਹੋ ਜੇ ਅੱਛਾ ਜੀ ਆਪਣੀ ਗਾਹ ਕਣਕ ਤਸੱਲੀ ਕਰ ਲੈ ਠੀਕ ਹੈ ਜੀ ਸਾਡੇ ਕਾਗਜ਼ਾਂ 'ਚ 16 ਕਿਲੋ ਜੇ ਹਾਂਜੀ ਦੱਸਣ ਨੂੰ 15 ਕਿਲੋ ਦੱਸਾਂਗੇ ਸੂਆ ਪਹਿਲਾ ਜੇ ਮੂੰਹ ਚਾਰ ਦੰਦ ਜੇ ਆ ਦੇਖੋ ਜੀ ਪਹਿਲਾ ਸੂਆ ਚਾਰ ਦੰਦ ਝੋਟੀ ਜਿਵੇਂ ਥੱਬੇ ਲਾਈ ਬੈਠੇ ਜੀ ਆ ਦੇਵਾ ਬੱਚਾ ਲੱਗਦਾ ਹਾਂ ਦੇਖੋ ਜੀ ਭਾਜੀ ਕਿੰਨੇ ਟਾਈਮ ਹੋ ਗਿਆ ਉਹ ਇਹਨੂੰ ਇਹਨੂੰ ਸੂਈ ਨੂੰ ਪਾਲੀ ਆ ਜੇ ਹੋ ਗਏ ਹੋਣਗੇ ਮੰਨ ਕੇ 16 17 ਦਿਨ 16 17 ਮੈਂ ਨਹੀਂ ਗੱਲ ਕਹਿ ਸਕਦੇ ਵੀ ਬੋਲੇ ਤੇ ਹਾਂਜੀ ਹਾਂ ਆ ਦੇਖੋ ਦੁੱਧ ਪੂਰਾ ਤਿਆਰ ਹੈ ਜੀ ਵੱਡੀ ਝੋਟੀ ਜੀ ਪੂਰੀ ਆ ਦੇਖੋ ਜੀ ਦੇਖੋ ਦੇਖੋ ਜੀ ਮੂੰਹ ਚਾਰ ਆ ਚਾਰ ਨਾਲ ਝੋਟੇ ਵੇਖ ਲਿਆ ਵਾ ਦੇਖੋ ਜੀ ਬਿਲਕੁਲ ਜੈਡ ਬਲੈਕ ਹੈ ਜੀ ਨਾਲੇ ਦੇਖੋ ਆ ਦੇਖੋ ਆ ਦੇਖੋ ਠੀਕ ਹੈ ਜੀ ਕੱਟਾ ਜੀ ਕੱਟਾ ਇਹਦੇ ਮਗਰ ਕੱਟਾ ਕੱਟਾ ਮਗਰ ਜੀ ਇਹਦੇ ਵੇਖੋ ਇਹਦਾ ਕਿ ਗਾਗ ਦੇ ਨਾਲ ਨਾ ਕੱਲ ਦਾ ਸੌਦਾ ਵੀ ਚੱਲਣ ਡਿਆ ਅੱਛਾ ਜੀ ਰਾਤੀ ਬੰਦੇ ਆਏ ਨੇ ਤੇ ਮੈਂ ਸ਼ਹਿਰ ਲੇ ਲਵਾਂਗਾ ਮੈਂ ਲੈ ਜੀ ਕੋਲ ਇਹ ਕਰੀ 25 ਜੈਨ ਹੋ ਜੀ ਨਾ ਚਾਰ ਕੁ ਬੰਦੇ ਨੇ ਰੱਖੇ ਹੁਣ ਟੱਕੇ ਡਾਈ ਬਿਲਕੁਲ ਜੀ ਆ ਦੇਖੋ ਵਾਲ ਕੇ ਆਣਾ ਫਿਰ ਹਨੇਰਾ ਹੋ ਜਾਣਾ ਤੁਹਾਡੇ ਚ ਹਨੇਰਾ ਹੋ ਜਾਣਾ ਹਾਂਜੀ ਹਾਂਜੀ ਬਸ 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 ਹਾਂ ਫਿਰ ਉਧਰ ਸਿੱਧਾ ਮਜੀਠਾ ਨਿਕਲ ਕੇ ਚੱਲ ਪਈ ਨੀਲੀ ਕੋਈ ਤੋਹਫਾ ਕੱਢ ਕੇ ਲਿਆਓ ਹੁਣ ਕੋਈ ਅੱਛਾ ਜੀ ਮੁੱਲ ਲਵਾ ਲਓ ਝੋਟੀ ਦਾ ਜਦੋਂ ਮੁੱਲ ਸਾਰਿਆਂ ਦੇ ਪੰਜ ਮੇਰੇ ਕੋਲ 5000 ਵੱਧ ਲੈ ਗਏ ਚੀਜ਼ ਆ ਪੂਰੀ ਜਿਹੜਾ ਪਾਕਿਸਤਾਨੀ ਹਾਂਜੀ ਹਾਂਜੀ ਆ ਦੇਖੋ ਜੀ ਦੇਖੋ ਥਾਂ ਵੇਖੋ ਕਿੱਡਾ ਥੋੜ੍ਹਾ ਬਣ ਗਿਆ ਜੀ ਲਾ ਲਓ ਹੁਣ ਇਹੋ ਜਿਹੀਆਂ ਭਾਜੀ ਅੰਮ੍ਰਿਤਸਰ ਛੱਡੀਆਂ ਹਨ ਝੋਟੀਆਂ 2.5 ਲੱਖ 3-3 ਦੇ ਲੋਕ ਵੇਚਦੇ ਆ ਹਨਾ ਹਾਂਜੀ ਹਾਂਜੀ ਪਰ ਆਪਾਂ ਸਾਡੇ ਤੋਂ ਟਾਈਮ ਨਹੀਂ ਬਣ ਠੀਕ ਹੈ ਜੀ ਪਿੱਛੇ ਹਾਂਜੀ ਹਾਂਜੀ ਤੋਰ ਲਓ ਆ ਦੇਖੋ ਜੀ ਵੇਖੋ ਆ ਦੇਖੋ ਵੇਖੋ ਲੇਵਾ ਹਾਂਜੀ ਫਿਰ ਥੋੜਾ ਤੂੜੀ ਛੱਡ ਦਿਆ ਥੋੜੀ ਲੇਕਿਨ ਹੋ ਜਾਂਦੀ ਹਾਂਜੀ ਅੱਜ ਮੈਂ ਤਾਂ
ठीक है। हाँ जी हाँ जी हाँ जी कंडा लिया अच्छा जी 13 किलो जेड ब्लैक है बहुत सोहनी झोटी है जी 13 छड़ लो बच्चा जी इन्हू भी देखो देखो थान ले तोर लो जी देखो जी ਰਿਕਾਰਡ ਆ ਚੰਗੇ ਝੋਟੇ ਦੇ ਟੈਗ ਟੂ ਪਾਇਆ ਜੀ ਹਾਂਜੀ ਹਾਂਜੀ ਪਿਓਰ ਹੁਣ ਭਾਜੀ ਪਿਓਰ ਮੋਹਰਾ ਜਿੱਦਾਂ ਟੀਕੇ ਟਾਲੀ ਆਪਾਂ ਲੈ ਕੇ ਆਉਂਦੇ ਠੰਡਾ ਟੀਕਾ ਲਾ ਲਓ ਹੋਰ ਕੋਈ ਉਹਦੇ ਤੇ ਫੋਟੋ ਨਹੀਂ ਹੁੰਦੀ ਹਾਂਜੀ ਹਾਂਜੀ ਮੋਹਰਾ ਦੀ ਸੇਮ ਹੁੰਦੀ ਕਿ ਨਹੀਂ ਮਿਲਦੀ ਹਾਂ ਹੁੰਦੀ ਹੁੰਦੀ ਬਿਲਕੁਲ ਇਹੋ ਜਿਹੀ ਸੇਮ ਇਹੋ ਜਿਹੇ ਕਰ ਦੇ ਸਾਰੇ ਚੰਗੇ ਝੋਟੇ ਆ ਜੀ ਮਾੜੇ ਨਹੀਂ ਝੋਟੇ ਬਹੁਤ ਸੋਹਣੇ ਝੋਟੇ ਆ ਦੁੱਧ ਭਾਜੀ 15 ਕਿਲੋ ਪਾ ਦੇ 16 ਪਾ ਦੇ ਬਾਕੀ ਮੇਰਾ ਵੀਰ ਗੱਲ ਪਲੱਗੀ ਹੈ ਗਾਇਕ ਆ ਜਨਾ ਕੋਈ ਵੀ ਆ ਮੇਰੇ ਵੀਰ ਭਰਾ ਆਪਣੀ ਤਸੱਲੀ ਕਰ ਤਸੱਲੀ ਸਹੀ ਗੱਲ ਹੈ ਭਾਜੀ ਸਾਡੇ ਤੇ ਨਾ ਰਿਆ ਕਰੋ ਹਾਂਜੀ ਹਾਂਜੀ ਕਿਉਂ ਅਸੀਂ ਵੀ ਵਿੱਚ ਪਿੱਛੋਂ ਲੈ ਕੇ ਆਉਂਦੇ ਆ ਬਿਲਕੁਲ ਸਾਡੇ ਤੇ ਤੁਸੀਂ ਆਪਣੀ ਤਸੱਲੀ ਕਰੋ ਡੇਢ ਦੋ ਲਾਉਣ ਨਾਲੋਂ ਲੋਕ 2 ਲੱਖ 1.5 ਲੱਖ ਲਾਉਂਦੇ ਜੇ ਹਾਂਜੀ ਹਾਂਜੀ ਉਹਦੇ ਲਾਉਣ ਨਾਲ ਦੁੱਧ ਇਹਨੇ 15 ਕਿਲੋ ਦੇਣਾ ਭਾਅ ਵੀ ਬੜਾ ਜਾਇਜ਼ ਦੱਸਾਂਗੇ ਨਾ ਵਾਹ ਜੀ ਵਾਹ ਠੀਕ ਹੈ ਆ ਦੇਖੋ ਜੀ ਕਲਰ ਦੂਜਾ ਹੋਊਗਾ ਝੋਟੀ ਆ ਲਾਕੇ ਚੰਗੇ ਦੀ ਹਰਿਆਣੇ ਕਾਲੀ ਬਾਂਬਨ ਆ ਕਰ ਜੀ ਥਣ ਵੇਖ ਲਓ ਭਾਜੀ ਲੱਗਾ ਉਹਨੇ ਇਹਨੂੰ ਕੱਲਾ ਕੱਲਾ ਰੋਗਾ ਠੀਕ ਹੈ ਭਾਅ ਜੀ ਚਲੋ ਤੋਰ ਲਓ ਦੇਖੋ ਜੀ ਬਿਲਕੁਲ ਜੈੱਡ ਬਲੈਕ ਝੋਟੀ ਹੈ ਜੀ ਹੁਣ ਤੋਰ ਕੇ ਵਿਖਾਉਂਦੇ ਤੁਹਾਨੂੰ ਬੜੇ ਚੰਗੇ ਰਿਕਾਰਡ ਵਾਲੀ ਝੋਟੀ ਆ ਸੋਹਣੀ ਝੋਟੀ ਹੈ ਜੀ ਆ ਦੇਖੋ ਦੇਖੋ ਆ ਦੇਖੋ ਦੇਖੋ ਆ ਦੇਖੋ ਲੈ ਆ ਦੇਖੋ ਜੀ ਹੁਣ ਬਿਲਕੁਲ ਜੀ ਬਾਲੀ ਤਿਲਕਣ ਹੋਈ ਹਾਂ ਕੱਚੇ ਕੁੱਚੇ ਤੁਹਾਨੂੰ ਪਤਾ ਬਿਲਕੁਲ ਜੀ ਹਾਂਜੀ ਮੁੱਲ ਤੇ ਭਾਜੀ ਲੋਕਾਂ ਨੂੰ ਸਾਡਾ ਵੀ ਜੀ ਕਰ ਰਿਹਾ ਇਹਦਾ 1.25 ਲੱਖ ਕਰਨ ਨੂੰ ਜਿਹੜੀ ਹਾਂਜੀ ਹਾਂਜੀ ਵਾਲਾ ਵਾ ਖੁੱਲਾ ਹਾਂਜੀ ਪਰ ਆਪਾਂ ਸਾਰੀ 95,000 ਦੀ ਝੋਟੀ ਦੇਣੀ ਅੱਛਾ 95,000 ਦੀ ਸਿਰਫ ਸਾਰੀ 95,000 ਦੀ ਦੇਖ ਜੀ ਉਹਦੇ ਚੋਂ ਵੀ 500 ਰੁਪਏ ਛੋੜ ਕਰਦਾ ਦੇਖ ਜੀ ਬਿਲਕੁਲ ਜਾਇਜ਼ ਕੀਮਤ ਹੈ ਜੀ 95,000 ਰੁਪਏ ਤੇ ਬਾਕੀ ਵੇਖੋ ਬੜੇ ਰਿਕਾਰਡ ਵਾਲੀ ਝੋਟੀ ਹੈ ਸੋਹਣੀ ਝੋਟੀ ਹੈ ਚੰਗੇ ਕੇ ਸਾਹ ਦਿੱਤੀ ਹੈ ਜੀ ਆ ਦੇ ਬਿਲਕੁਲ ਜੈੱਡ ਬਲੈਕ ਨਾਲੇ ਦੇਖੋ ਬਿਲਕੁਲ ਜੈੱਡ ਬਲੈਕ ਹੈ ਜੀ ਆ ਚਮੜੀ ਜੋ ਆ ਚਮੜੀ ਜੋ ਮੈਂ ਚੈੱਕ ਕਰੋ ਜੀ ਦੇਖੋ ਬੱਚਾ ਵੀ ਹਾਂਜੀ ਹਾਂ ਬੱਚਾ ਵੀ ਇੱਕ ਕੱਟਾ ਜੀ ਕੱਟਾ ਇੱਕ ਕੱਟਾ ਮਗਰ ਜੀ ਇੱਕ ਵਾਲ ਵੀ ਚਿੱਟਾ ਹਾਂਜੀ ਹਾਂ ਸੋਹਣੀ ਬਿਲਕੁਲ ਜੀ ਸਾਰੀ ਕਾਲੀ 95,000 ਵਿੱਚ ਉਹਦੇ ਵਿੱਚ ਤੁਹਾਡਾ ਮਾਨ ਤਾਂ ਵੇਖ ਲਓ ਤੂੰ ਜ਼ਰੂਰ ਕਰਨਗਾ ਇਹਦਾ 500 ਰੁਪਏ ਛੋੜ ਵੀ ਕਰਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਮੁੱਲ ਤੇ 1.25 ਲੱਖ ਹੀ ਕਰਦੇ ਹਾਂਜੀ ਹਾਂਜੀ ਠੀਕ ਆ 95 ਦੇ ਰਹੀ ਹੈ ਬਾ ਠੀਕ ਹੈ ਭਾਜੀ ਇਹ ਕੱਟੀ ਦੋੰਦੀ ਆ ਗਈ ਦੋ ਦੰਦ ਹਾਂਜੀ ਇਹ ਤਾਜੀ ਸੂਈ ਹੈ ਮਤਲਬ ਚੌਹਾਂ ਤਿੰਨਾਂ ਚੌਹਾਂ ਪੰਜਾਂ ਦਿਨਾਂ ਦੇ ਵਿੱਚ ਵਿੱਚ ਹੋਊਗੀ ਕੱਟਾ ਮਗਰ ਹਾਂ ਅਗਲੇ ਦੇ ਘਰ ਦੀ ਹਰਿਆਣੇ ਦੀ ਵੀਡੀਓ ਵੀ ਹੈਗੀ ਜੀ ਹਾਂਜੀ ਹਾਂਜੀ ਹੁਣ ਇਹ ਤੋਂ ਮੰਨ ਕੇ ਚਲੋ 10 ਕਿਲੋ 9 ਕਿਲੋ ਆਪਾਂ ਦੱਸਾਂਗੇ ਬੋਲੀ ਹੈ ਅੱਛਾ ਬੋਲੀ ਆ ਦੇਖ 10 ਕਿਲੋ ਦੁੱਧ ਛੋਟਾ ਸਿੰਘ ਵੱਡੀ ਝੋਟੀ ਪੂਰੀ ਜੀ ਆ ਦੇਖੋ ਤੋਰੋ ਜੀ ਮੇਰੇ ਮਾੜੇ ਲੰਮੀ ਦੇਖੋ ਆ ਦੇਖੋ ਦੇਖੋ ਥਾਂ ਲੈ ਵਾਂ ਇਹਦਾ ਦੇਖ
ਬਿਲਕੁਲ ਭਾਜੀ ਬਿਲਕੁਲ ਅੱਛਾ ਜੀ ਬਿਲਕੁਲ ਆ ਦੇਖੋ ਦੇਖੋ ਜੀ ਦੇਖੋ ਜੀ ਸਥਾਨ ਠੀਕ ਹੈ ਜੀ ਭਾਜੀ ਬਾਜੀ ਫਿਰ ਕੀਮਤ ਨੱਬੇ ਹਜ਼ਾਰ ਦੀ ਸਾਰੀ ਨੱਬੇ ਬਿਲਕੁਲ ਸਹੀ ਸਹੀ ਗੇਮ ਹੈ ਬਿਲਕੁਲ ਜੀ ਹਾਂ ਜੀ ਬਿਲਕੁਲ ਜੀ ਨੱਬੇ ਹਜ਼ਾਰ ਉਹਦੇ ਨਾ ਨਾ ਚਲ ਹਜ਼ਾਰ ਹੋਰ ਛੱਡਦੇ ਜੀ 80,000 ਦੀ ਦੇਖੋ ਜੀ ਆਹ ਫਿਰ ਇਹਦੇ ਝੋਟੀਆਂ ਜੀ ਜਿਹੜੀ ਅੱਜ ਬਾਈ ਦੇ ਕੋਲ ਅਤੇ ਬਿਲਕੁਲ ਜਾਇਜ਼ ਕਿਵੇਂ ਕੀਤੀ ਹੈ ਜੀ ਕੁਆਲਿਟੀ ਆ ਪੂਰੀ ਝੋਟੀਆਂ ਵਿੱਚ ਠੀਕ ਹੈ ਆਹ ਝੋਟੀ ਨੂੰ ਇੱਕ ਵਾਰੀ ਆਪਾਂ ਫਿਰ ਤੁਹਾਨੂੰ ਵਿਖਾਉਂਦੇ ਹਾਂ ਆਹ ਦੇਖੋ ਬੜੇ ਚੰਗੇ ਰਿਕਾਰਡ ਵਾਲੀ ਝੋਟੀ ਹੈ ਜੀ ਠੀਕ ਹੈ ਜੀ ਚਮੜੀ ਵੇਖੋ ਜੀ ਆਹ ਦੇਖੋ ਠੀਕ ਹੈ ਜੀ ਇੱਕ ਥੱਲੇ ਫਿਰ ਚੈੱਕ ਕਰ ਲਓ ਠੀਕ ਹੈ ਜੀ ਅਤੇ ਬਾਜੀ ਫਿਰ ਗਾਵਾਂ ਅਗਲੀ ਵੀਡੀਓ ਪਾਓਗੇ ਹਾਂ ਜੀ ਅਤੇ ਕੰਡਾ ਵੀ ਵਿਖਾ ਦੀ ਤੁਹਾਨੂੰ ਵੇਖੋ ਕੰਡਾ ਆਹ ਦੇਖੋ ਕੰਡਾ ਵੀ ਕੁਇੰਟਲ ਦੇ ਉੱਪਰ ਲੈ ਕੇ ਆਉਂਦਾ ਵੇਖੋ ਬਾਈ ਹੁਣ ਹੈਵੀ ਲੈ ਕੇ ਆਉਂਦਾ ਜੀ ਤੋਲ ਕੇ ਲੈ ਕੇ ਜਾਓ ਇਹਦੇ ਚ ਯਾਰ ਕਿਹੜਾ ਪੈਸੇ ਦੇਣੇ ਆ ਹਾਂਜੀ ਗੱਲਾਂ ਉਹਨੂੰ ਭਾਜੀ ਕੰਮ ਛੱਡ ਦਿੰਦੇ ਆ ਹਾਂਜੀ ਝੋਟੀਆਂ ਤੁਹਾਨੂੰ ਵੀ ਪਤਾ ਮੇਰੇ ਕੋਲ ਤਾਜ਼ੀਆਂ ਸੁਈਆਂ ਉਹ ਵੀ ਮੈਂ ਸਾਈਡ ਤੇ ਲਾਈਆਂ ਬਿਲਕੁਲ ਜੀ ਵੀ ਉਹ ਬੋਲੇ ਤੇ ਉਹਨਾਂ ਕੋਲ 10-10 ਹਜ਼ਾਰ ਕਿਲੋ ਦੁੱਧ ਬੋਲਾ ਵਾ ਤੇ ਚੱਲ ਆਈਆਂ ਤੇ ਗਾਹਕ ਨੂੰ ਪਰ ਨਾ ਤਿਆਰ ਕਰਕੇ ਭੇਜ ਦੁੱਧ 15-15 ਕਿਲੋ ਕਿਉਂ ਨੀ ਦਿੰਦੀਆਂ 16 ਕਿਲੋ 15 ਕਿਲੋ ਦੇ ਕੇ ਹੁਣ ਕਰਕੇ ਵੇਚਿਆ ਕਰਨਾ ਬਿਲਕੁਲ ਭਾਜੀ ਬਿਲਕੁਲ ਬਾਕੀ ਮਾਲ ਮੇਰਾ ਵੀਰ ਵੀਡੀਓ ਨਾ ਡਿੱਕਿਆ ਕਰੋ ਕਿਸੇ ਵੇਲੇ ਮੇਰਾ ਵੀ ਨੀ ਟਾਈਮ ਹੁੰਦਾ ਤੁਹਾਡਾ ਮਾਲ ਮੇਰੇ ਕੋਲ ਭਾਜੀ 10-11-12 ਝੋਟੀਆਂ ਰਹਿੰਦੀਆਂ ਜਦੋਂ ਮਰਜ਼ੀ ਐਟੋ ਟਾਈਮ ਆ ਜਾਓ ਠੀਕ ਹੈ ਆਜੋ ਉੱਧਰ ਆਜੋ ਹਰ ਵਕਤ 10-11 ਝੋਟੀਆਂ ਮਿਲਣਗੀਆਂ ਜੀ ਉਡੀਕਣੇ ਕਿਉਂਕਿ ਜੇ ਸਾਡਾ ਨਹੀਂ ਟਾਈਮ ਨਾ ਤਾਂ ਬਾਈ ਨੂੰ ਟਾਈਮ ਨਹੀਂ ਹੁੰਦਾ ਮੇਲ ਨਹੀਂ ਰਲਦੇ ਬਿਲਕੁਲ ਜੀ ਮੁੰਦਰੀਆਂ ਬਿਲਕੁਲ ਬਿਲਕੁਲ ਜੀ ਬਾਕੀ ਭਾਜੀ ਗੱਲ ਪਰ ਲੱਗੀ ਜੇ ਭਾਵੇਂ ਜੋ ਜਿੰਨੀ ਮਰਜ਼ੀ ਆਪਣੇ ਹਨਾ ਵਡਿਆਈ ਕਰੀ ਜਾਓ ਹਾਂਜੀ ਹਾਂਜੀ ਬਾਕੀ ਭੈਣ ਭਰਾ ਹੀ ਦੱਸਣਗੇ ਵੀ ਚੀਜ਼ਾਂ ਹਨਾ ਬਿਲਕੁਲ ਭਾਜੀ ਝੋਟੀਆਂ ਤੇ ਲੋਕ 2-2 ਲੱਖ ਰੁਪਏ 81 ਲੋਕ ਹਨਾ ਮੰਗਦੇ ਆ ਮੰਗਦੇ ਪਰ ਆਪਾਂ ਵੀ ਇਹ ਵੇਖ ਲਾ ਸਾਡੇ ਰੇਟ ਬਿਲਕੁਲ ਜਾਇਜ਼ ਅਸੀਂ ਵੀ ਵੀਰ ਜੀ ਪਿੱਛੋਂ ਲੈ ਕੇ ਆਉਂਦੇ ਹਾਂਜੀ ਹਾਂਜੀ ਚੰਗੀ ਚੀਜ਼ ਬਾਕੀ ਆਪਣੀ ਤਸੱਲੀ ਪੂਰੀ ਕਰੋ ਸਹੀ ਗੱਲ ਹੈ ਜੀ ਸਾਡੇ ਤੇ ਨਾ ਰਹੋ ਕਿ ਅਸੀਂ ਖੁਰਿਆ ਸੂਮ ਨੇ ਦੁੱਧ 16 ਕਿਲੋ ਦੱਸਿਆ ਜਾਂ 15 ਕਿਲੋ ਦੱਸਿਆ ਹਾਂਜੀ ਸਾਹੀ ਦੇ ਵੀਰ ਜੀ ਇੱਕ ਮਸ਼ਹੂਰੀ ਕੀਤੀ ਹੈ ਵੀ ਸਾਡੇ ਕੋਲ ਮਾਲ ਆਇਆ ਹਾਂਜੀ ਜਿੱਦਾਂ ਮਨ ਅਖਬਾਰ ਦੇ ਉੱਤੇ ਆ ਜਾਂਦਾ ਨਾ ਹਾਂਜੀ ਹਾਂਜੀ ਪੁਰਾਣੀ ਖਬਰ ਤੇ ਤੁਸੀਂ ਆਪਣੀ ਤਸੱਲੀ ਪੂਰੀ ਕਰੋ ਸਹੀ ਗੱਲ ਹੈ ਜੀ ਇੱਕ ਡੰਗ ਚੋਲੋ 2 ਡੰਗ ਚੋਲੋ 3 ਡੰਗ ਚੋਲੋ ਜਿੰਨੇ ਡੰਗ ਮਰਜ਼ੀ ਚੋਲੋ ਠੀਕ ਹੈ ਬਾਕੀ ਵੀਰ ਜੀ ਹੁਣ ਗੱਲ ਪਰ ਆ ਕੀ ਜੀ ਆਪਣੇ ਕੋਲ ਗਾਹਕ ਵੀ ਮਾਲਕ ਦੀ ਕਿਰਪਾ ਨਾਲ ਹੈਗਾ ਉਹ ਗਾਹਕ ਜੁੜੇ ਵੀ ਆ ਪਰ ਅੱਜ ਤੀਕਰ ਮੈਂ ਤਾਂ ਤੁਹਾਨੂੰ ਵੀ ਪਤਾ ਕਿ ਕੋਈ ਲਾਮਾ ਨਹੀਂ ਆਇਆ ਹਾਂਜੀ ਹਾਂਜੀ ਪਿੱਛੇ ਜਿਹੇ ਇੱਕ ਝੋਟੀ ਦਾ ਰੌਲਾ ਵੀਰ ਨੇ ਕਮੈਂਟ ਵੀ ਕੀਤਾ ਵੀ ਅੱਗੇ ਇੱਕ ਵੀਡੀਓ ਪਾਈ ਸੀ ਵੀ ਇੱਕ 'ਚ ਦੁੱਧ 18 ਕਿਲੋ ਦੱਸਦਾ ਤੇ ਤੁਹਾਡੇ 'ਚ 20 ਕਿਲੋ ਦੱਸਦਾ ਹਾਂਜੀ ਅੰਤਰ ਮੈਂ ਅੱਜ ਲੱਗਾ ਦੱਸਣਾ ਹਾਂਜੀ ਉਹ ਜਦੋਂ ਮਤਲਬ ਤੁਹਾਡੀ ਵੀਡੀਓ ਪਾਈ ਉਦਣ ਮੈਂ ਤਾਂ ਬੱਚਾ ਹੈਗਾ ਠੀਕ ਆ ਜਿੱਦਣ ਉਹ ਮੁੰਡੇ ਦੀ ਵੀਡੀਓ ਪਾਈ ਉਦੋਂ ਮਈ ਦਾ ਝੋਟੀ ਦਾ ਬੱਚਾ ਮਰ ਗਿਆ ਠੀਕ ਆ ਜਦੋਂ ਬੱਚਾ ਮਰ ਜਾਂਦਾ ਭਾਜੀ ਫਿਰ ਦੁੱਧ 1-2 ਕਿਲੋ ਪਸ਼ੂ ਘਟਾਇਆ ਸਹੀ ਗੱਲ ਹੈ ਆਹ ਗੱਲ ਬਾਕੀ ਮੈਂ ਮਾਫੀ ਚਾਹੁੰਦਾ ਹਾਂ ਚਲੋ ਕੋਈ ਗੱਲ ਹੋ ਜਾਂਦਾ ਜੀ ਬਾਕੀ ਝੋਟੀਆਂ ਸਾਫ਼ ਸੁਥਰੀਆਂ ਵੀਡੀਓ ਹੁਣ ਮੰਨ ਕੇ ਚਲੋ ਮਾਲ ਜਦੋਂ ਆਇਆ ਭਾਵੇਂ ਜਿੰਨੀਆਂ ਮਰਜ਼ੀ ਪਾਈ ਹੈ ਚੀਜ਼ਾਂ ਭਾਜੀ ਬਿਲਕੁਲ ਭਾਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਵਿਹੜਾ ਲੈਣੀਆਂ ਵਿਹੜਾ ਲਓ ਝੋਟੀਆਂ ਲੈਣੀਆਂ ਹਰ ਚੀਜ਼ ਮਿਲੂਗੀ ਤਾਂ ਬਿਲਕੁਲ ਜੀ ਹਾਂ ਬਾਕੀ ਪਿੰਡ ਜੈਤੋ ਸਰਜਾ ਸਾਰੇ ਵੀਰਾਂ ਨੂੰ ਪਤਾ ਵਾ ਤੇ ਜ਼ਿਲ੍ਹਾ ਗੁਰਦਾਸਪੁਰ ਫੋਨ ਆਉਂਦਾ ਵਾ ਵੀ ਭਾਜੀ ਗੁਰਦਾਸਪੁਰ ਤੋਂ ਬੋਲਦੇ ਜੇ ਗੁਰਦਾਸਪੁਰ ਨਹੀਂ ਜੇ ਅਸੀਂ ਗੁਰਦਾਸਪੁਰ ਸਾਨੂੰ 35-40 ਕਿਲੋਮੀਟਰ ਆ ਅਸੀਂ ਬਟਾਲੇ ਤੋਂ ਵੀ ਪਿੱਛੇ ਰਾਜੀ ਨੇ ਮਹਿਤੇ ਚੌਂਕ ਬਿਲਕੁਲ ਜੀ ਤੇ ਮੇਰਾ ਵੀਰ ਇੰਨਾ ਕੁ ਧਿਆਨ ਰੱਖਿਆ ਕਰੋ ਤੇ ਫੋਨ ਨੰਬਰ ਸਾਰੇ ਵੀਰਾਂ ਨੂੰ ਪਤਾ ਇੱਕ ਮੇਰਾ ਨੰਬਰ 9870-8974-5754 ਦੂਜਾ ਨੰਬਰ ਇੱਕ ਹੋਰ 78-1-48-24-49 ਦੋਵਾਂ 'ਤੇ ਵਟਸਐਪ ਚੱਲਦਾ ਜੇ
ਜਦੋਂ ਮਰਜ਼ੀ ਆਓ। ਬਾਕੀ ਮੇਰਾ ਨਾ ਦੁੱਧ ਦਾ ਭਾਜੀ ਤੁਹਾਨੂੰ ਪਤਾ ਕੰਮ ਬਟਾਲੇ ਅਸੀਂ ਘਰਾਂ ਚ ਵੰਡਦੇ ਹਾਂ, ਠੀਕ ਆ, ਤੇ ਅਸੀਂ 11:15-11 ਵਜੇ ਦੁੱਧ ਵੰਡ ਕੇ ਆਉਂਦੇ, ਕਈ ਵੀਰਾਂ ਨੂੰ ਫਿਰ ਬਹਿਣਾ ਪੈਂਦਾ। ਹਾਂਜੀ ਹਾਂਜੀ, ਮਤਲਬ 1 ਵਜੇ ਲਗਭਗ ਤੁਹਾਡੇ ਕੋਲ ਆਉਣਾ, 11:30-11 ਅਸੀਂ ਘਰ ਆ ਜਾਂਦੇ ਹਾਂ, ਘਰ ਆ ਜਾਂਦੇ, ਦੁੱਧ ਦਾ ਕੰਮ ਚੱਲ 2 ਰੁਪਈਏ ਘਰਾਂ ਚ ਬਣ ਜਾਂਦਾ। ਹਾਂਜੀ ਹਾਂਜੀ ਹਾਂਜੀ, ਤੇ ਉਹ ਫਿਰ ਭਾਜੀ ਤੁਸੀਂ ਮਤਲਬ 12 ਵਜੇ ਦੇ ਗੇਟ ਚ 11:12 ਵਜੇ ਨਾ ਬਾਅਦ ਚ ਜਦੋਂ ਸਾਰੀ ਤੁਹਾਡੀ ਮੈਂ ਘਰ ਹੀ ਰਹਿੰਦੀ, ਠੀਕ ਆ। ਬਾਕੀ ਤੁਹਾਡਾ ਬਹੁਤ ਵੈਲਕਮ ਤੁਹਾਡਾ ਜੀ ਭਾਜੀ ਇੱਥੇ ਆਉਣ ਤੇ। ਚਲੋ ਗੱਲ ਇਹ ਆ ਵੀ ਏਦਾਂ ਵੀਰ ਪਿਆਰ ਤੁਸੀਂ ਸਾਡੀਆਂ ਤਾਰਾਂ ਜੋੜੀਆਂ, ਬਿਲਕੁਲ ਬਿਲਕੁਲ, ਕਈ ਥਾਵਾਂ ਤੇ ਕਈਆਂ ਨੂੰ ਪਤਾ ਵੀ ਨਹੀਂ ਹੈ, ਇਹੋ ਜਿਹੇ ਬੰਦਿਆਂ ਨਾਲ ਤੁਸੀਂ ਮਿਲਾਪ ਕਰਾਤਾ, ਉਹ ਰਿਸ਼ਤੇਦਾਰੀ ਨਾਲ ਵੱਧ ਹੋ ਗਏ ਬਾਜੀ ਵੱਧ, ਪਤਾ ਕਿੰਨੇ ਗਾਂ ਮਾਲ ਲਈ ਜਾਂਦੇ ਜੀ, ਗਾਂ ਲਈ ਜਾਂਦੇ ਉਹਦੇ ਗਾੜੀ ਰਿਸ਼ਤੇਦਾਰ। ਹਾਂਜੀ ਹਾਂਜੀ, ਤੇ ਚੀਜ਼ ਜੇ ਚੰਗੀ ਲਿਆ ਕੇ ਦੇਵਾਂਗੇ ਤੇ ਚੰਗੀ ਨਾਲ ਚੰਗਾ ਗਾ ਗਈ ਆ। ਹੁਣ ਮੇਰੇ ਕੋਲ ਪਹਿਲਾਂ ਕੱਟੀ ਇੱਕ ਤਾਜ਼ੀ ਸੂਈ ਆ, ਉਹਦਾ 20 ਕਿਲੋ ਦੁੱਧ ਤੁਹਾਨੂੰ ਕਰਕੇ ਤੇ ਫਿਰ ਕੰਡੇ ਤੇ ਚਾੜ ਕੇ ਤੇ ਫਿਰ ਉਹਦੀ ਚਵਾਈ ਕਰਾਉਣੀ ਆ, ਪਿਓਰ ਇੱਕ ਰੰਗਾ ਮੇਰੇ ਸਿਰ ਸਿਰੇ ਆ। ਅੱਛਾ ਜੀ, ਅੱਜ ਸੂਈ ਦੀ ਝੋਟੀ ਨੂੰ ਮੰਨ ਕੇ ਚਲੋ 9-8 ਦੇਣੇ ਆ, ਠੀਕ ਹੈ, 15-16 ਕਿਲੋ ਮੈਂ ਵੀਡੀਓ 'ਚ ਤਾਂ ਨਹੀਂ ਪਾਈ, ਮੈਂ ਕਿਹਾ ਜ਼ਿਆਦਾ ਚੰਗੀ ਆ 20 ਕਿਲੋ ਕਰਕੇ ਪਾਉਣ, ਠੀਕ ਹੈ ਭਾਜੀ। 20 ਕਿਲੋ ਵਾਲੀ ਮੈਂ ਵੀ ਮਿਲਜੂ, 18 ਵਾਲੀ ਵੀ ਮਿਲਜੂ, 15 ਵਾਲੀ ਵੀ ਮਿਲਜੂ, 16 ਵਾਲੀ ਵੀ, ਜਿੱਦਾਂ ਦੀ ਜਿਹੋ ਉਹ ਹੀ ਮਿਲ ਜਾਣੇ ਆ। ਹਾਂ ਪਰ ਜਾਇਜ਼ ਬਿਲਕੁਲ, ਅਗਲੇ ਵੀਡੀਓ ਹਰ ਬੰਦੇ ਦੀ ਜਿਹੜੀ ਮੰਨ ਕੇ ਚਲੋ ਝੋਟੀ ਮੇਰੇ ਕੋਲ ਉਹਦੀ ਅਗਲੇ ਦੇ ਘਰ ਦੀ ਵੀਡੀਓ ਹਰਿਆਣੇ ਦੀ ਮੇਰੇ ਫੋਨ 'ਚ ਵੇਖ, ਠੀਕ ਹੈ ਜੀ, ਆ ਗੱਲ। ਚਲੋ ਬਾਕੀ ਸਤਿ ਸ਼੍ਰੀ ਅਕਾਲ, ਤੁਹਾਡਾ ਧੰਨਵਾਦ, ਸਤਿ ਸ਼੍ਰੀ ਅਕਾਲ।